ਹਾਂਜੀ ਦੱਸ ਹਾਂਜੀ ਮੈਡਮ ਜਿਹੜੀ ਕਨੈਕਸ਼ਨ ਪੋਲਿਸੀ ਪਾਈ ਗਈ ਹੈ ਅਤੇ ਹੁਣ ਕੀ ਰਣਨੀਤੀ ਤੁਸੀਂ ਇਕੱਠੇ ਹੋਏ ਹੋ ਅੱਜ ਅਸੀਂ ਸਾਰਾ ਸਟਾਫ ਯਾਨੀ ਕਿ ਅਸੀਂ ਮੀਟਿੰਗ ਕਰ ਰਹੇ ਹਾਂਗੇ ਪੂਰੇ ਹੋਸਪਿਟਲ ਦਾ ਸਾਰਾ ਸਟਾਫ ਬੁਲਾਇਆ ਗਿਆ ਕਿਉਂਕਿ ਅੱਗੇ ਅਸੀਂ ਮੀਟਿੰਗ ਕਰਕੇ ਜੋ ਵੀ ਅੱਗੇ ਫੈਸਲਾ ਆਊਗਾ ਅਤੇ ਸਾਰੇ ਮੈਂਬਰਾਂ ਦਾ ਆਲ ਸਟਾਫ ਦਾ ਅਤੇ ਉਹ ਅਸੀਂ ਲਿਖਾਂਗੇ ਜੀ ਜੇਕਰ ਗੱਲ ਕੀਤੀ ਜਾਵੇ ਨਰਸ ਦੀ ਵੀ ਹੁਣ ਕਿਵੇਂ ਦੀ ਹਾਲਤ ਹੈ ਜੀ ਉਹਨਾਂ ਦੇ ਉਹਨਾਂ ਨੇ ਸਾਡੇ ਜਿਹੜੇ ਚੇਅਰਪਰਸਨ ਆ ਗਏ ਉਹਨਾਂ ਨੇ ਫੋਨ 'ਤੇ ਉਹਨਾਂ ਨਾਲ ਗੱਲ ਕੀਤੀ ਹੈ ਜੀ ਉਹ ਕਹਿੰਦੇ ਵੀ ਮੈਨੂੰ ਸਾਹ ਲੈਣ 'ਚ ਵੀ ਬਹੁਤ ਥੋੜ੍ਹੀ ਥੋੜ੍ਹੀ ਪ੍ਰੋਬਲਮ ਆ ਰਹੀ ਹੈ ਜੀ ਅਤੇ ਪਰ ਕਿਸੇ ਦਾ ਵੀ ਉਹਨਾਂ ਕੋਲ ਕੋਈ ਉੱਚ ਅਧਿਕਾਰੀ ਦਾ ਫੋਨ ਨਹੀਂ ਆਇਆ ਹੈਗਾ ਅਤੇ ਉਹਨਾਂ ਨੂੰ ਥਰਡ ਤੀਜੀ ਮੰਜ਼ਿਲ 'ਤੇ ਰੱਖਿਆ ਗਿਆ ਹੈਗਾ ਹੁਣ ਅਸੀਂ ਜਾ ਰਹੇ ਹਾਂਗੇ 5 ਜਣੇ ਉਹਨਾਂ ਨੂੰ ਮਿਲਣ ਕਿੱਟ ਪਾ ਕੇ ਅਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂਗੇ ਅਤੇ ਜਿਹੜਾ ਕਿ ਸਾਡੇ ਜਿਹੜੇ ਜਿਹੜੀ ਮੇਰੀ ਸਟਾਫ ਮਨਸ ਭੈਣ ਆ ਜੀ ਹੁਣ ਉਹ ਪੋਜ਼ੀਟਿਵ ਆਈ ਆ ਜੀ ਜਸ ਕਰਨਦੀਪ ਉਹਦਾ ਹੁਣ ਉਹ ਯਾਨੀ ਕਿ ਉਹ ਠੇਕੇ 'ਤੇ ਕੰਮ ਕਰ ਰਹੇ ਹੈਗੇ ਠੇਕੇ ਦੇ ਉੱਤੇ ਉਹਨਾਂ ਦਾ ਕੋਈ ਵੀ ਭਵਿੱਖ ਨਹੀਂ ਗਾ ਮੈਂ ਪੰਜਾਬ ਸਰਕਾਰ ਮੁੱਖ ਮੰਤਰੀ ਸਾਹਿਬ OP ਸੋਨੀ ਸਾਹਿਬ ਨੂੰ ਅਤੇ ਮਹਾਰਾਣੀ ਪਰਨੀਤ ਕੌਰ ਮੈਡਮ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿਉਂਕਿ ਪਿੱਛੇ ਜੇ ਤੁਹਾਨੂੰ ਪਤਾ ਹੈਗਾ ਇੱਕ ਵਾਰੀ SHO ਸਾਹਿਬ ਉਹ ਵੀ 48 ਘੰਟੇ ਡਿਊਟੀ ਦਿੰਦੇ ਆ ਉਹਨਾਂ ਦਾ ਹੱਥ ਵੱਢਿਆ ਗਿਆ ਸੀਗਾ ਅਤੇ ਉਹਨਾਂ ਦੇ ਪਰਿਵਾਰ ਦੇ ਇੱਕ ਫੈਮਿਲੀ ਉਹਦੇ ਬੇਟੇ ਨੂੰ ਜੋਬ ਦਿੱਤੀ ਹੈਗੀ ਉਹ ਵੀ ਲੋਕਡਾਊਨ ਦੇ ਵਿੱਚ ਜਦੋਂ ਅਸੀਂ ਮਿਲਦੇ ਹਾਂ ਸਾਨੂੰ ਕਿਹਾ ਜਾਂਦਾ ਹੈਗਾ ਪਹਿਲਾਂ ਜਿਹੜੀ COVID-19 ਦੀ ਬਿਮਾਰੀ ਚੱਲ ਰਹੀ ਹੈ ਉਹਦੇ ਨਾਲ ਆਪਾਂ ਉਹ ਨਿਪਟ ਲਈਏ ਉਹਦਾ ਜਿਹੜਾ ਕਿ ਜੰਗ ਉਹਦੀ ਫਤਿਹ ਕਰ ਲਈਏ ਇਦੋਂ ਬਾਅਦ ਤੁਹਾਡੇ ਬਾਰੇ ਸੋਚਿਆ ਜਾਊਗਾ ਮੈਂ ਪੁੱਛਣਾ ਚਾਹੁੰਦੀ ਹੈਗੀ ਜਦੋਂ ਇੱਕ ਨੂਰ ਛੋਟਾ ਜਿਹਾ ਬੱਚਾ ਜਿਹੜਾ ਕਿ ਟਿਕਟੋਕ 'ਤੇ ਛਾਇਆ ਹੋਇਆ ਹੈਗਾ ਉਹਦੇ ਵੀ ਸਾਨੂੰ ਪਤਾ ਲੱਗਿਆ ਗਿਆ ਉਹਦੇ ਫਾਦਰ ਨੂੰ ਉਹਨਾਂ ਨੇ ਗੌਰਮੈਂਟ ਜੋਬ ਦਿੱਤੀ ਹੈ ਅਤੇ ਇੱਕ ਜਿਹੜੇ SHO ਸਾਹਿਬ ਹੈਗੇ ਉਹਨਾਂ ਦੇ ਵੀ ਬੇਟੇ ਨੂੰ ਗੌਰਮੈਂਟ ਜੋਬ ਦਿੱਤੀ ਹੈ ਅਸੀਂ ਉਹਦੀ ਕੋਈ ਮਨਾ ਉਹ ਨਹੀਂ ਕਰਨਾ ਚਾਹੁੰਦੇ ਗੇ ਕਿਉਂਕਿ ਉਹਨਾਂ ਦਾ ਵੀ ਹੱਥ ਵੱਢੇ ਗਿਆ ਅਸੀਂ ਡਿਊਟੀ ਕਰਨ ਟਾਈਮ ਉਹਨਾਂ ਦੇ ਬੱਚੇ ਨੂੰ ਜੋਬ ਮਿਲੀ ਅਸੀਂ ਕੋਈ ਨਿੰਦਣਯੋਗ ਨਹੀਂ ਕਹਿ ਰਹੇ ਗੇ ਪਰ ਜਿਹੜੀਆਂ ਮੇਰੀਆਂ ਸਟਾਫ ਨਰਸਾਂ ਭੈਣਾਂ ਪੇਸ਼ੈਂਟ ਦੇ ਕੋਲੇ COVID-19 ਦੇ ਆਲੇ ਕੋਲੇ ਪੋਜ਼ੀਟਿਵ ਕੋਲੇ ਜਾਂਦੀਆਂ ਉਹਨਾਂ ਨੂੰ ਖਾਣਾ ਦਿੰਦੀਆਂ ਉਹਨਾਂ ਦਾ ਟ੍ਰੀਟਮੈਂਟ ਕਰਦੀਆਂ ਗਈਆਂ ਅਤੇ ਉਹਨਾਂ ਦੀ ਕੇਅਰ ਕਰਦੀਆਂ ਗਈਆਂ 13-13 ਘੰਟੇ ਨਾਈਟ ਦੇ ਵਿੱਚ ਅਤੇ 5.5 ਘੰਟੇ ਦਿਨ ਦੀ ਡਿਊਟੀ ਦੇ ਵਿੱਚ ਅਤੇ ਉਹਨਾਂ ਦੇ ਬਾਰੇ ਵੀ ਸੋਚਿਆ ਜਾਵੇ ਇਸ ਲੋਕਡਾਊਨ ਦੇ ਕਿਉਂਕਿ ਜਿਹੜੀ ਬਿਮਾਰੀ ਚੱਲ ਰਹੀ ਹੈ ਉਸ ਬਿਮਾਰੀ ਦੇ ਵਿੱਚ ਇਹਨਾਂ ਨੂੰ ਰੈਗੂਲਰ ਸਾਰਿਆਂ ਨੂੰ ਕੀਤਾ ਜਾਵੇ ਪਿਛਲੇ 16 ਸਾਲ ਤੋਂ ਇੱਥੇ ਅਸੀਂ ਡਿਊਟੀ ਕਰ ਰਹੇ ਹਾਂ ਜਿਹੜੀ ਮੇਰੀ ਭੈਣ ਹੁਣ ਪੋਜ਼ੀਟਿਵ ਆਈ ਹੈ ਉਹ 2018 ਦੇ ਵਿੱਚ ਭਰਤੀ ਕਰੀ ਗਿਆ ਹੈਗਾ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਭਾਵੇਂ ਤੁਸੀਂ ਟੀਚਰ ਡਿਪਾਰਟਮੈਂਟ ਮਹਿਕਮਾ ਲਾ ਲਓ ਭਾਵੇਂ ਤੁਸੀਂ ਪੁਲਿਸ ਮਹਿਕਮਾ ਲਾ ਲਓ ਉਹਦੇ ਵਿੱਚ ਜਦੋਂ ਭਰਤੀ ਹੁੰਦੀ ਹੈ 2 ਸਾਲ ਦਾ ਪਰਖ ਕਾਲ ਜਾਂ 3 ਸਾਲ ਦਾ ਪਰਖ ਕਾਲ ਰੱਖਿਆ ਜਾਂਦਾ ਪਰ ਜਿਹੜੀ ਨਰਸਿੰਗ ਸਟਾਫ ਹੈਗੀ ਪਿਛਲੇ ਟਾਈਮ ਤੋਂ 16 ਸਾਲ ਤੋਂ ਭਾਵੇਂ DHS ਡਿਪਾਰਟਮੈਂਟ ਲਾ ਲਓ ਭਾਵੇਂ NRHM ਡਿਪਾਰਟਮੈਂਟ ਲਾ ਲਓ ਭਾਵੇਂ ਡਾਇਰੈਕਟਰ ਖੋਜ DRME ਡਿਪਾਰਟਮੈਂਟ ਲਾ ਲਓ ਇੱਥੇ ਠੇਕੇ ਦੇ ਆਧਾਰ 'ਤੇ ਹੀ ਨਰਸਿੰਗ ਸਟਾਫ ਨੂੰ ਰੱਖਿਆ ਜਾਂਦਾ ਹੈਗਾ ਅਤੇ ਉਹਦੇ ਨਾਲ ਮਤਰੇਈ ਮਾਲਾ ਸਲੂਕ ਕੀਤਾ ਜਾਂਦਾ ਹੈਗਾ ਹੁਣ ਤਾਂ ਅਸੀਂ ਜਿੱਤਣੋਂ ਮਣੋ ਮਰੀਜ਼ਾਂ ਦੀ ਸੇਵਾ ਕਰ ਰਹੇ ਹਾਂ ਕੋਈ ਮਰੀਜ਼ਾਂ ਨੂੰ ਅਸੀਂ ਇਗਨੋਰ ਨਹੀਂ ਕਰ ਰਹੇ ਗਏ ਅਸੀਂ ਦੱਸਣਾ ਚਾਹੁੰਦੇ ਹਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਅਸੀਂ ਜਿਵੇਂ ਫੌਜੀ ਜੰਗ ਦੇ ਮੂਹਰੇ ਖੜ੍ਹੇ ਆ ਸਾਨੂੰ ਕੋਈ ਉਹ ਨਹੀਂ ਗਾ ਸਾਨੂੰ ਭਾਵੇਂ ਕਰੋਨਾ ਪੋਜ਼ੀਟਿਵ ਆਵੇ ਅਸੀਂ ਅਸੀਂ ਦਿਲੋਂ ਤੋਂ ਪੇਸ਼ੈਂਟ ਦੀ ਕੇਅਰ ਕਰਾਂਗੇ ਸਾਡੇ ਪੰਜਾਬ ਦੇ ਮਰੀਜ਼ ਆ ਸਾਡੇ ਆਪਣੇ ਹੈਗੇ ਪਰ ਇਹਨਾਂ ਨੂੰ ਸਾਰੇ ਸਾਡੇ ਜਿਹੜੇ ਸਟਾਫ ਉਹਨਾਂ ਨੂੰ ਰੈਗੂਲਰ ਕੀਤਾ ਜਾਵੇ ਅਤੇ ਜੋ ਕਿ ਇਹਨਾਂ ਦਾ ਬੱਚਿਆਂ ਦਾ ਭਵਿੱਖ ਇਹਦੇ ਪਰਿਵਾਰ ਦਾ ਭਵਿੱਖ ਜਿਹੜਾ ਕਿ ਸੇਫ ਹੋ ਜੇ ਕੱਲ੍ਹ ਨੂੰ ਜਿਵੇਂ ਪਿਛਲੇ ਜਦੋਂ ਮੈਂ ਅਸੀਂ 6ਵੀਂ ਮੰਜ਼ਿਲ ਤੋਂ ਛਾਲ ਮਾਰੀ ਹੈ ਸਾਡਾ ਹੀ ਬਾਰ ਅਟੈਂਡੈਂਟ ਸੀਗਾ ਜਿਹੜਾ ਮੇਅਰ ਸਿੰਘ ਉਹਨੂੰ ਟੈਂਸ਼ਨ ਦੇ ਨਾਲ ਉਹ ਰੈਗੂਲਰ ਨਹੀਂ ਹੋਏ ਸੀਗੇ ਉਹਨਾਂ ਨੂੰ ਟੈਂਸ਼ਨ ਦੇ ਨਾਲ ਉਹਨਾਂ ਦੀ ਡੈਥ ਹੋ ਗਈ ਸੀ ਪਰ ਜਦੋਂ ਅਸੀਂ ਵਾਰ ਵਾਰ ਫਾਈਲਾਂ ਲੈ ਕੇ ਗਏ DRME ਦਫ਼ਤਰ ਜਿੱਥੇ ਵੀ ਲੈ ਕੇ ਗਏ ਪਰ ਉਹਨਾਂ ਨੇ ਇਹੀ ਕਹਿ ਕੇ ਬੰਦ ਕਰ ਦਿੱਤੀ ਸੀ ਵੀ ਇਹ ਠੇਕੇ 'ਤੇ ਹੈ ਕੱਲ੍ਹ ਨੂੰ ਬਾਈ ਚਾਂਸ ਸਾਡੀਆਂ ਸਟਾਫ ਨਰਸਾਂ ਭੈਣ ਜਿਹੜੀਆਂ ਠੇਕੇ 'ਤੇ ਹੈ ਉਹਨਾਂ ਨੂੰ ਕੋਈ ਇਹੋ ਜਿਹੀ ਘਟਨਾ ਵਾਪਰ ਗਈ ਉਹਨਾਂ ਦੀ ਫਾਈਲ ਵੀ ਠੇਕੇ 'ਤੇ ਲਿਖ ਕੇ ਬੰਦ ਕੀਤੀ ਜਾਊਗੀ ਸਾਨੂੰ 50 ਲੱਖ ਦਾ ਬੀਮਾ ਕਹਿ ਰਹੇ ਉਹ ਕਰਨ ਦੀ ਲੋੜ ਨਹੀਂ ਪਰ ਸਾਨੂੰ ਜਿਹੜੇ ਰੈਗੂਲਰ ਜੋਬ ਹੈ ਸਾਡੀ ਜੋਬ ਕੀਤੀ ਜਾਵੇ ਇਸੇ ਹੀ COVID-19 ਦੀ ਬਿਮਾਰੀ ਦੇ ਵਿੱਚ ਉਹ ਡਿਸੀਜਨ ਲਿੱਤਾ ਜਾਵੇ ਅਤੇ ਸਾਰੀਆਂ ਸਟਾਫ ਨਰਸਾਂ ਭੈਣਾਂ ਨੂੰ ਰੈਗੂਲਰ ਕੀਤਾ ਜਾਵੇ ਫੁੱਲ ਸਕੇਲ 'ਤੇ ਕੀਤਾ ਜਾਵੇ।